ਹੁਣ ਸਾਡੀ 150-150 ਕਿੱਲਾ ਜ਼ਮੀਨ ਆ ਜੀ ਮਾਨਸਰ, ਇਹ ਮਾਨਸਰ ਸਭ ਪੜਾ ਆ ਜੀ ਬਾਬਿਆਂ ਦਾ ਬਾਬੇ। ਉਹ ਰਗੜਾ ਲਾਇਆ ਤੇ ਉੱਥੇ ਆਣ ਕੇ ਉਹਨਾਂ ਦੇ ਬੰਦੇ ਸਾਡੇ ਕੋਲ ਆਣ ਕੇ ਜਲ ਪਾਣੀ ਛਕਿਆ, ਉਹਨਾਂ ਨੇ ਬੈਠੇ ਆ, ਅਸੀਂ ਉਹਨਾਂ ਨੂੰ ਜਲ ਪਾਣੀ ਛਕਾਇਆ ਵਾ, ਬੜੇ ਨਹਾਉਂਦੇ ਨਾਲ ਬੈਠੇ। ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ਇਹ ਕੰਮ ਕਰਨਾ ਆ, ਤੇ ਘੱਟ ਤੋਂ ਘੱਟ ਵੀ 1000 ਬੰਦਾ ਤੇ ਹੋਣਾ ਵਾ, ਵੱਧ ਵੀ ਹੋ ਸਕਦੇ ਆ। ਪਰ ਉਧਰੋਂ ਤਾਂ ਕਹਿੰਦੇ ਗਊਆਂ ਚਾਰਨ ਦਾ ਕੋਈ ਮਸਲਾ ਹੋ? ਨਾ, ਗਊਆਂ ਜਾਣ ਦਾ ਕੋਈ ਮਸਲਾ ਨਹੀਂ ਜੀ, ਇੱਥੇ ਸਿਰਫ ਰਗੜੇ ਤੋਂ ਆ, ਰਗੜੇ ਨਹੀਂ ਸਾਨੂੰ ਲਾਉਣ ਦਿੰਦੇ ਉੱਥੇ। ਉਹਦਾ ਨਾਲ ਬਾਬਿਆਂ ਦਾ ਗੜਵਈ ਸੁੱਖਾ ਸਿੰਘ, ਉਹਦਾ ਤਾਂ ਇੱਥੋਂ ਜੀ ਲਾਤਾ ਆ ਬਾਹੀਆਂ, ਇੰਨਾ ਕੁ ਕੁੱਟਿਆ ਉਹਨਾਂ ਨੇ ਵੀ ਸਾਡੀ ਗੱਲ ਤਾਂ, ਜਿਹੜੇ ਬੰਦੇ ਸਾਡੇ ਗਾਈਆਂ ਚਾਰਦੇ ਸੀ ਉਹਨਾਂ ਮਗਰ ਭੱਜ ਭੱਜ ਕੇ ਨਾ ਗੋਲੀਆਂ ਮਾਰੀਆਂ ਜੀ, ਉਹਦੇ ਰੱਬ ਰੱਖ ਗਿਆ ਵੀ ਜਿਹੜੀਆਂ ਪੈਰਾਂ 'ਚ ਵੱਜਦੀਆਂ ਨਹੀਂ ਕਿਸੇ ਦੇ ਸਰੀਰ 'ਚ ਨਹੀਂ ਵੱਜੀ। ਸਾਂਪ ਲੜਦੀ ਸੀ ਨਾਲ ਜੀ, ਸਾਡੇ ਡਾਂਗਾ ਮਾਰਦੀ ਸੀ। ਇਹਨਾਂ ਨੇ ਪਹਿਲਾਂ ਹੀ ਗੇਮ ਬਣਾਈ ਸੀ ਵੀ ਸਾਡੀ ਫੌਜ ਆਉਣੀ ਆ ਤੇ ਇਹਨਾਂ ਨਾਲ ਹੀ ਨਿਆਂਗਾ ਨਾਲ ਇੱਦਾਂ ਕਰਨਾ ਵਾ। ਪੁਲਿਸ ਵਾਲੇ ਆਪ ਆਪਣੀਆਂ ਗੱਡੀਆਂ 'ਚ ਬਿਠਾ ਕੇ ਮੁਲਜ਼ਮਾਂ ਨੂੰ, ਜਿਨ੍ਹਾਂ ਸਾਨੂੰ ਵੱਢਿਆ ਟੁੱਕਿਆ ਉਹਨਾਂ ਨੂੰ ਘਰੀ ਛੱਡ ਕੇ ਆਏ, ਜਿਨ੍ਹਾਂ ਕੋਲ ਹਥਿਆਰ ਹੀ, ਜਿਹੜੇ ਨਜਾਇਜ਼ ਹਥਿਆਰ ਸੀ ਉਹਨਾਂ ਕੋਲ। ਇਹ ਥੋੜ੍ਹਾ ਹੁਣ ਇਹਨਾਂ ਦੀ ਸਰਕਾਰੀ ਦਰਬਾਰੇ ਉੱਤੇ ਸੈਂਟਰ 'ਚ ਚੱਲਦੀ ਆ ਤੇ ਸਾਨੂੰ ਮਾਰਨ ਡੈ ਪਏ ਆਂਗੇ, ਇੱਦਾਂ ਤਾਂ ਨਹੀਂ ਹੋਣੀ ਚਾਹੀਦੀ। ਹਾਂ ਠੀਕ ਆ, ਰਾਧਾ ਸਵਾਮੀ ਧੰਨ ਭਾਗ ਉਹਨਾਂ ਦਾ ਪੜਾਅ ਵਸੇ, ਪਰ ਇਹ ਥੋੜ੍ਹਾ ਵੀ ਕਿ ਨਿਆਂਗਾ ਸਿੰਘਾਂ ਦੇ ਆਣ ਕੇ ਅਟੈਕ ਕਰ ਦਿਓ, ਤੁਸੀਂ ਕੀ ਅਸੀਂ ਕੀ ਆਹਨੇ ਕਿਸੇ ਨੂੰ, ਦੱਸੋ ਸਾਨੂੰ ਕੀ ਆਹਨੇ। ਆ ਗਾਈਆਂ ਸਾਡੀਆਂ ਵਾ, ਇਹ ਇਹਨਾਂ ਦੀਆਂ ਨਹੀਂ ਆ, ਉਦਾਂ ਦੇ ਰਾਧਾ ਸਵਾਮੀ ਆ ਤੇ ਰਾਧਾ ਸਵਾਮੀ ਵਾਲੇ ਦੀਆਂ ਗਊਆਂ ਨਹੀਂ ਆ। ਰਾਧਾ ਕਿਹਨੂੰ ਆਉਂਦੇ? ਗਊ ਨੂੰ। ਉਹ ਵੇਖੋ ਕਿੰਨੇ ਡੰਗਰ ਮਾਰ ਕੇ ਗਏ ਆ, ਡਾਂਗਾ ਮਾਰ ਮਾਰ ਕੇ ਉਦਾਂ ਗਾਈਆਂ ਮਾਰਦੀਆਂ ਸਾਡੀਆਂ ਇਹਨਾਂ ਨੇ, ਜੇ ਅਸੀਂ ਭੱਜ ਗਏ ਤੇ ਨਾ ਗਾਈਆਂ ਨੂੰ ਮਾਰਦਾ। ਨਿਆਂ ਦੇ ਸਾਹਿਬ ਜੀ ਤੁਸੀਂ ਕਰਨਾ, ਕਿਉਂਕਿ ਤੁਸੀਂ ਮੀਡੀਆ ਦੇ ਚੜ੍ਹੋਗੇ, ਸੱਚ ਛਕੋਗੇ, ਤੁਸੀਂ ਸੱਚ 'ਚ ਕਰਿਓ, ਅਸੀਂ ਸੱਚ ਕਹਿ ਰਹੇ ਹਾਂ। ਕੋਈ ਰਾਧਾ ਸਵਾਮੀ ਦਾ ਆਣ ਕੇ ਦੱਸਦੇ ਸਾਨੂੰ, ਕੋਈ ਵੱਡਾ ਉਹਨਾਂ ਦਾ ਹੈੱਡ ਆਣ ਕੇ ਵੀ ਇੱਦਾਂ ਨਹੀਂ ਹੋਈ ਤੇ ਸਿਰ ਲਾ ਕੇ ਰਾਜਾਂ ਉਹਦੇ ਚੰਨਾਂ 'ਚ ਹੋਰ ਦੱਸ ਗਈ ਇਹਨਾਂ। ਬਿਆਸ ਵਿਖੇ ਮੌਜੂਦ ਹਾਂ, ਬੀਤੇ ਕੱਲ੍ਹ ਇੱਥੇ ਝੜਪ ਹੋਈ ਹੈ ਆਪਸ 'ਚ, ਡੇਰਾ ਬਿਆਸ ਇੱਧਰਲੇ ਪਾਸੇ ਵੱਜਦਾ ਅਤੇ ਇੱਧਰਲੇ ਪਾਸੇ ਬਾਬਾ ਪਾਲਾ ਜੀ ਗਊਆਂ ਵਾਲੇ ਉਹਨਾਂ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਉੱਥੇ ਮੌਜੂਦ ਹਾਂ ਅਤੇ ਜਥੇਦਾਰ ਸਾਹਿਬ ਨਾਲ ਗੱਲ ਕਰਾਂਗੇ, ਉਹਨਾਂ ਤੋਂ ਜਾਣਾਂਗੇ ਕਿ ਕੱਲ੍ਹ ਕੀ ਕੁਝ ਹੋਇਆ, ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਉਹਨਾਂ ਦੇ ਮੂੰਹੋਂ ਹੀ ਜਾਣਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਪੱਖ ਜਾਣਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ੍ਹ ਸ਼ਾਮ ਤੋਂ ਬਹੁਤ ਚਰਚਾ ਦੇ ਵਿੱਚ ਹੈ, ਕੱਲ੍ਹ ਜੋ ਕੁਝ ਵੀ ਹੋਇਆ ਵਿਸਥਾਰ ਪੂਰਵਕ ਆਪਣੇ ਜ਼ੁਬਾਨੀ ਜ਼ਰਾ ਦੱਸ ਦਿਓ। ਕੱਲ੍ਹ ਇੱਦਾਂ ਆ ਜੀ, ਪਹਿਲਾਂ ਤਾਂ ਆਪਾਂ ਅਸੀਂ ਚਿੱਟੇ ਸ਼ੇਰ ਆਪਣਾ ਪੜਾ ਉੱਥੇ ਗਊਆਂ ਹੈ ਜੀ, ਉੱਥੇ ਆਪਣਾ ਮੇਲਾ ਮਨਾ ਕੇ ਆਪਾਂ ਗਊਆਂ, ਇੱਥੇ ਹੁਣ ਸਾਡੀ 150-150 ਕਿੱਲਾ ਜ਼ਮੀਨ ਆ ਜੀ ਮਾਨਸਰ, ਇਹ ਮਾਨਸਰ ਸਭ ਪੜਾ ਆ ਜੀ ਬਾਬਿਆਂ ਦਾ, ਬਾਬੇ ਬਾਬੇ ਵਕਾਲ ਸਾਹਿਬ ਵਾਲਿਆਂ ਦਾ। ਉਹ ਗਾਈਆਂ ਲੈ ਕੇ ਆਪਾਂ ਇੱਥੇ ਆਪਣਾ ਚਾਰ ਰਹੇ ਸੀਗੇ ਅਤੇ ਉੱਥੇ ਰਗੜੇ ਪਾਏ ਸੀ ਗਾੜੀ ਜਾ ਕੇ ਆਪਾਂ ਲੱਗੇ ਜਿੱਥੇ ਉਹ ਝਗੜਾ ਹੋਇਆ, ਉਹ ਰਗੜਾ ਲਾਇਆ ਤੇ ਉੱਥੇ ਆਣ ਕੇ ਉਹਨਾਂ ਦੇ ਬੰਦੇ ਸਾਡੇ ਕੋਲ ਆਣ ਕੇ ਜਲ ਪਾਣੀ ਛਕਿਆ, ਉਹਨਾਂ ਨੇ ਬੈਠੇ ਆ, ਅਸੀਂ ਉਹਨਾਂ ਨੂੰ ਜਲ ਪਾਣੀ ਛਕਾਇਆ ਵਾ, ਬੜੇ ਨਹਾਉਂਦੇ ਨਾਲ ਬੈਠੇ। ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ਇਹ ਕੰਮ ਕਰਨਾ ਆ, ਉਹਨਾਂ ਨੇ ਸਾਡਾ ਸਾਰਾ ਭੇਦ ਲੈ ਕੇ ਵੀ ਇਹਦੇ 10-20 ਬੰਦੇ ਸਾਰੇ ਅਤੇ 10-20 ਬੰਦਿਆਂ ਨੂੰ ਬਾਬਾ ਜੀ ਉਹਨਾਂ ਨੇ ਟਰਾਲੀਆਂ ਰੋੜਿਆਂ ਦੀਆਂ ਭਰੀਆਂ ਸੀ ਅਤੇ ਘੱਟ ਤੋਂ ਘੱਟ ਵੀ 1000 ਬੰਦਾ ਤਾਂ ਹੋਣਾ ਵਾ, ਵੱਧ ਵੀ ਹੋ ਸਕਦੇ ਆ, ਜਿਨ੍ਹਾਂ ਕੋਲ ਰਫਲਾਂ ਸੀਗੀਆਂ, ਅਸਲਾ ਸੀ, ਦਾਤਰ ਸੀ, ਗੰਡਾਸੇ ਸੀ, ਜਿਹੜੇ ਕਿ ਨਵੇਂ ਹੀ ਲਿਆਏ ਅਜੇ ਦੁਕਾਨ ਤੋਂ, ਇੱਦਾਂ ਦੇ ਸੀਗੇ ਉਹ, ਚਿਲਕਦੇ ਸੀਗੇ। ਉਹਨਾਂ ਨੇ ਕੋਈ ਵੇਖਿਆ ਆਣ ਕੇ ਵੀ ਇਹ ਬੰਦਾ ਬੁੱਢਾ ਵਾ, ਇਹ ਮੁੰਡਾ ਵਾ, ਇਹ ਕੀ ਆ, 60-60 ਸਾਲ ਦੇ ਬੰਦੇ ਜਿਹੜੇ ਰਗੜਿਆਂ ਦੇ ਬੈਠੇ ਨਾ, ਰਗੜੇ ਅਸੀਂ ਰਗੜੇ ਲਾਉਂਦੇ ਹਾਂ ਜੀ, ਸਲੋਤਰ ਸੁਨਹਿਰਾ ਅਸੀਂ ਆਉਂਦੇ ਹਾਂ, ਕੁੰਡੇ ਨੂੰ ਅਸੀਂ ਸੁਨਹਿਰਾ ਕਹਿੰਦੇ ਹਾਂ, ਡੰਡੇ ਨੂੰ ਅਸੀਂ ਸਲੋਤਰ ਕਹਿੰਦੇ ਹਾਂ ਜੀ, ਨਿਆਂਗ ਸਿੰਘ ਅਤੇ ਰਗੜਾ ਲੱਗ ਰਿਹਾ ਸੀ। ਉਹਨਾਂ ਨੇ ਆਣ ਕੇ ਤੇ ਆਉਂਦਿਆਂ ਹੀ ਉਤਰੇ ਆ ਅਤੇ ਨਿਕਲੇ ਆ ਵਿੱਚੋਂ ਥੱਲਿਓਂ, 200-250 ਬੰਦਾ ਤਾਂ ਪਹਿਲਾਂ ਇੱਥੇ ਬੈਠਾ ਹੈ। ਪਹਿਲਾਂ ਕਾਰਨ ਨਹੀਂ ਸਪਸ਼ਟ ਹੋਇਆ ਕਿ ਕਾਰਨ ਹੋਈ ਕਿਉਂ ਝੜ? ਕਾਰਨ ਕੋਈ ਨਹੀਂ ਜੀ, ਕਾਰਨ ਉੱਥੇ ਰਗੜੇ ਪਾਏ ਜਾਂਦੇ, ਅਸੀਂ ਇੱਥੇ ਨਹੀਂ ਲਾਉਣ ਦੇਣੇ। ਪਰ ਉੱਧਰੋਂ ਤਾਂ ਕਹਿੰਦੇ ਗਊਆਂ ਚਾਰਨ ਦਾ ਕੋਈ ਮਸਲਾ ਹੋ? ਗਊਆਂ ਜਾਣ ਦਾ ਕੋਈ ਮਸਲਾ ਨਹੀਂ ਜੀ, ਇੱਥੇ ਸਿਰਫ ਰਗੜੇ ਤੋਂ ਆ, ਰਗੜੇ ਨਹੀਂ ਸਾਨੂੰ ਲਾਉਣ ਦਿੰਦੇ ਉੱਥੇ, ਇੱਥੋਂ ਤਕਰਾਰ ਹੋ ਗਿਆ ਜੀ। ਉਹ ਵੇ ਇਹਦੇ ਬੰਦੇ ਦਾ ਵੀ ਚਲੋ ਇਹਨਾਂ ਆਖਿਆ ਕੋਈ ਗੱਲ ਨਹੀਂ ਚਲੋ, ਅਤੇ ਉਹ ਮੁੜ ਕੇ ਆਣ ਕੇ ਅੜ ਕੇ ਲਾ ਕੇ ਬਹਿ ਗਏ ਆ, ਜਲ ਪਾਣੀ ਛਕਿਆ ਉਹਨਾਂ ਨੇ, ਛੱਕ ਕੇ ਮੁੜ ਕੇ ਪਤਾ ਨਹੀਂ ਕਿੱਧਰੋਂ ਹਜੂਮ ਉਹਨਾਂ ਨੇ ਫੋਨ ਕਰਤਾ, 200-250 ਬੰਦਾ ਥੱਲਿਓਂ ਨਿਕਲਿਆ, ਉਹ ਪੈਂਦਿਆਂ ਹੀ ਉਹ ਜਿਹੜੇ ਰਸ਼ਾਣਾ ਲਗੜੇ ਲਾਉਂਦੇ ਸੀ ਉਹਨਾਂ ਨੂੰ ਪੈ ਗਿਆ। ਤੁਹਾਡੇ ਮੁਤਾਬਕ ਵਧੀਕੀ ਉਧਰੋਂ ਕੀਤੀ? ਵਧੀਕੀ ਸਾਰੀ ਉਹਨਾਂ ਦੀ ਜੀ, ਅਸੀਂ ਤਾਂ ਆਪਣੇ ਮਜ਼ੇ ਨਾਲ ਗਊਆਂ ਚਾਰ ਰਹੇ, ਰਗੜੇ ਲਾਏ, ਆਪਣੇ ਦੇਗਾ ਪਾਣੀ ਛਕਣ ਡੇ, ਆਪਣੇ ਆਨੰਦ ਚਿੱਤ ਸੀ। ਬਾਬਾ ਜੀ ਹੁਣੀ ਗਏ ਕਿ ਦਵਾਈ ਲੈਣ ਕਿਹੜੀ ਹਸਪਤਾਲ 'ਚੋਂ, ਉੱਥੋਂ ਦਵਾਈ ਲਾ ਗਿਆ ਜੇ ਗੱਡੀ ਡੱਕੀ ਆਣ ਕੇ, ਗੱਡੀ ਡੱਕਦਿਆਂ ਸਾਰੀ ਉਹ ਪੈ ਗਿਆ ਜੀ, ਬਾਬਾ ਜੀ ਦੇ ਵੀ ਮੋਰਾਂ 'ਚ ਵੱਜੀਆਂ ਵਾ,
ਉਹਦੇ ਨਾਲ ਬਾਬਿਆਂ ਦਾ ਗੜਵਈ ਸੁਖਾ ਸਿੰਘ ਉਹਦਾ ਤਾਂ ਇੱਥੋਂ ਜੀ ਲਾਤਾ ਆ ਬਾਹੀ ਆ ਜਾਂ ਡਿਊਟੀ ਕਿੰਨੇ ਕੁੱਲ ਕਿੰਨੇ ਲੋਕ ਜ਼ਖਮੀ ਹੋ ਗਏ ਸਾਡੇ 5 ਲੋਕ ਆ ਜਿਹੜੇ ਬਹੁਤ ਸੀਰੀਅਸ ਆ ਜੀ ਕਿੱਥੇ ਦਾਖਲ ਕਰਵਾਏ ਕੇ ਡੀ ਹਸਪੀਟਲ ਜੀ ਹਾਂਜੀ 5 ਲੋਕ ਜ਼ਖਮੀ ਹੋ ਗਏ ਅੱਛਾ ਬਹੁਤ ਸੀਰੀਅਸ ਆ ਜੀ ਸੀਰੀਅਸ 10-12 ਇੰਨਾ ਕੁੱਟਿਆ ਉਹਨਾਂ ਨੇ ਵੀ ਸਾਡੀ ਗੱਲ ਤਾਂ ਜਿਹੜੇ ਬੰਦੇ ਸਾਡੇ ਗਾਈਆਂ ਚਾਰਦੇ ਸੀ ਉਹਨਾਂ ਮਗਰ ਭੱਜ ਭੱਜ ਕੇ ਇਹਨਾਂ ਗੋਲੀਆਂ ਮਾਰੀਆਂ ਜੀ ਉਹਦੇ ਰੱਬ ਰੱਖ ਗਿਆ ਵੀ ਜਿਹੜੀਆਂ ਪੈਰਾਂ 'ਚ ਵੱਜਦੀਆਂ ਨਹੀਂ ਕਿਸੇ ਦੇ ਸਰੀਰ 'ਚ ਨਹੀਂ ਵੱਜੀ ਸਾਡੇ ਕੋਲ ਉਹ ਵਾਲੇ ਮੋਬਾਈਲ ਮੂਲ ਤੇ ਸਭ ਡੇਕੇ ਅਸੀਂ ਮੂਵੀ ਕੀ ਬਣਾਉਣੀ ਆਪਾਂ ਤੇ ਗਾੜੀ ਭੱਜੇ ਫਿਰਦੇ ਉਹਨਾਂ ਦੇ ਕਿਉਂਕਿ 1000 ਬੰਦੇ ਦੇ ਨਾਲ 20 ਬੰਦਿਆਂ ਨੂੰ ਭੱਜਣਾ ਹੀ ਚੰਗਾ ਸੀਗਾ ਜੀ ਤੇ ਫਿਰ ਜਿਹੜੇ ਪੁਲਿਸ ਵਾਲੇ ਸੀ ਉਹ ਵੇਖੋ ਜੀ ਸਾਡਾ ਰੇੜਾ ਵਾ ਜਿਹੜਾ ਇੱਥੇ ਖਲੋਤਾ ਸੀ ਉਹਦੇ ਵਿੱਚੋਂ ਸਮਾਨ ਲਾ ਲਾ ਕੇ ਤੇ ਨੰਗੇ ਹੋ ਕੇ ਭੁੜਕਦੇ ਸੀ ਤੇਜਾ ਸਿੰਘ SSP ਆ SP ਕੀ ਹੋ ਤੇਜਾ ਸਿੰਘ ਤੇ ਇੱਕ ਸਕਿਉਰਟੀ ਹੈੱਡ ਆਪ ਆਣ ਕੇ ਲੜੇ ਜੀ ਇੱਥੇ ਤੇ ਪੁਲਿਸ ਮੁਲਾਜ਼ਮ ਪੁਲਿਸ ਆਪ ਲੜਦੀ ਸੀ ਨਾਲ ਜੀ ਸਾਡੇ ਡਾਂਗਾ ਮਾਰਦੀ ਸੀ ਗੋਲੀ ਚਲਾਉਂਦੇ ਸੀ ਤੁਹਾਡੇ ਮੁਤਾਬਕ ਗੋਲੀ ਪੁਲਿਸ ਨੇ ਚਲਾਈ ਜਾਂ ਡੇਰਾ ਪ੍ਰੇਮੀਆਂ ਨੇ ਇਹ ਤੇ ਪਤਾ ਨਹੀਂ ਲੱਗਾ ਵੀ ਬਣਿਆ ਕੀ ਅਸੀਂ ਤੇ ਭੱਜ ਗਏ ਹਾਂ ਜੀ ਅਸੀਂ ਤਾਂ ਮੁੜ ਕੇ ਅਸੀਂ ਜਦੋਂ ਉਹ ਪਏ ਅਸੀਂ ਤੇ ਆਪਣੇ ਬੰਦੇ ਚੋਕ ਕੇ KDF ਮਗਰੋਂ ਪਤਾ ਨਹੀਂ ਕੀ ਹੋਇਆ ਵਾ ਜੀ ਮਗਰੋਂ ਤੇ ਬਹੁਤ ਹੀ ਗੋਲੀ ਚਲਾਈ ਉਹਨਾਂ ਨੇ ਪਰ ਅਸੀਂ ਉਦੋਂ ਉਹਨਾਂ ਨੂੰ ਲੈ ਗਏ ਹਾਂ ਚੋਕ ਕੇ ਅਸੀਂ ਪਹਿਲਾਂ ਬਾਬੇ ਬਕਾਲੇ ਸਾਹਿਬ ਖੜਿਆ ਉਹਨਾਂ ਰੈਫਰ ਕਰਤਾ ਵੀ ਇਹ ਸੀਰੀਅਸ ਆ ਇਹਨਾਂ ਨੂੰ ਅੰਮ੍ਰਿਤਸਰ ਲੈ ਜਾਓ ਉਹਨਾਂ ਨੂੰ KDF ਹਸਪਤਾਲ ਰੈਫਰ ਕਰ ਦਿੱਤਾ ਜੀ ਅਸੀਂ ਉੱਥੇ ਲੈ ਕੇ ਚਲੇ ਮਗਰੋਂ ਇਹਨਾਂ ਨੇ ਬਹੁਤ ਹੀ ਹੱਤ ਕੀਤੀ ਆ ਜੀ ਅਸੀਂ ਤੇ ਬੰਦੇ ਮਰੇ ਚੁੱਕ ਕੇ ਲੈ ਗਏ ਆਪਣੇ ਵੱਲੋਂ ਮਾਰ ਕੇ ਸੁੱਟ ਕੇ ਗਏ ਸੀ ਉਹਨਾਂ ਨੂੰ ਤੇ ਜਿਹੜੇ ਮੁੜ ਕੇ ਫਿਆ ਆ ਉਹਦੇ ਉਹ ਪਰਲਾ ਥਾਂ 'ਚ ਤੇ ਮੈਨੂੰ ਮੈਂ 10,000 ਬੰਦਾ ਹੋਣਾ ਉਹਨਾਂ ਦਾ ਹਾਂਜੀ ਕਿਉਂਕਿ ਕੱਲ੍ਹ ਭੰਡਾਰਾ ਸੀ ਇਹਨਾਂ ਦਾ ਇਹਨਾਂ ਨੇ ਪਹਿਲਾਂ ਹੀ ਗੇਮ ਬਣਾਈ ਸੀ ਵੀ ਸਾਡੀ ਫੌਜ ਆਉਣੀ ਆ ਅਤੇ ਇਹਨਾਂ ਨਾਲ ਹੀ ਨਿਹੰਗਾਂ ਨਾਲ ਇੱਦਾਂ ਕਰਨਾ ਵਾ ਕਿਉਂਕਿ ਪਹਿਲਾਂ ਤੋਂ ਹੀ ਤਕਰਾਰ ਹੁੰਦਾ ਰਿਹਾ ਸੀ ਹੌਲਾ ਹੌਲਾ ਤੇ ਇਹ ਜਿਹੜੀ ਸਭ ਕੁਝ ਕਰਾਇਆ ਵਾ ਇਹ ਪੁਲਿਸ ਨੇ ਹੀ ਕਰਾਇਆ ਸਭ ਕੁਝ ਸਮਝ ਲਓ ਤੁਸੀਂ ਪੁਲਿਸ ਤੱਕ ਪਹੁੰਚ ਨਹੀਂ ਕੀਤੀ ਉੱਤੇ ਤੱਕ ਹੁਣ ਤੁਸੀਂ ਕਾਰਵਾਈ ਕਿਹੋ ਜੀ ਮੰਗ ਕਰ ਸੁਣਦਾ ਹੀ ਕੋਈ ਨਹੀਂ ਸਾਡੀ ਸੁਣੇ ਕੋਈ ਤੇ ਜਾਈਏ ਅਸੀਂ ਮਹਾਂਪੁਰਖ ਉਹ ਬੈਠੇ ਆ ਕੋਈ ਸੁਣੇ ਤੇ ਫਿਰ ਹੀ ਜਾਣਾ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਅਜੇ ਤੱਕ ਉਹਦਾ ਪੁਲਿਸ ਵਾਲੇ ਆਉਂਦੇ ਸਾਡੇ ਕੋਲ ਅਸੀਂ ਪਰਚੇ ਕਰਾਂਗੇ ਜਿਹੜੇ ਬੰਦੇ ਅਸੀਂ ਘੇਰੇ ਸੀ ਅੰਦਰ ਵੀ ਆ ਇਹਨਾਂ ਬੰਦਿਆਂ ਨੇ ਸੱਟਾਂ ਲਾਈਆਂ ਉਹਨਾਂ ਨੂੰ ਤਾਂ ਪੁਲਿਸ ਵਾਲਿਆਂ ਗੱਡੀਆਂ 'ਚ ਬਿਠਾ ਫੜਾ ਕੇ ਆਪਣੇ ਘਰਾਂ ਉਹਨਾਂ ਨੂੰ ਲੈ ਕੇ ਘਰਾਂ ਨੂੰ ਛੱਡ ਕੇ ਆਏ ਉਹਨਾਂ ਦੇ ਪੁਲਿਸ ਵਾਲੇ ਆਪ ਆਪਣੀਆਂ ਗੱਡੀਆਂ 'ਚ ਬਿਠਾ ਕੇ ਮੁਲਜ਼ਮਾਂ ਨੂੰ ਜਿਨ੍ਹਾਂ ਸਾਨੂੰ ਵੱਢਿਆ ਟੁੱਕਿਆ ਉਹਨਾਂ ਨੂੰ ਘਰੀਂ ਛੱਡ ਕੇ ਆਏ ਆ ਜਿਨ੍ਹਾਂ ਕੋਲ ਹਥਿਆਰ ਹੀ ਜਿਹੜੇ ਨਜਾਇਜ਼ ਹਥਿਆਰ ਸੀ ਉਹਨਾਂ ਕੋਲ ਅਸਲਾ ਵੀ ਨਜਾਇਜ਼ ਹੀ ਉਹਨਾਂ ਕੋਲ ਹਾਂਜੀ ਤੇ ਉਹ ਪੁਲਿਸ ਵਾਲੇ ਕੱਢ ਕੇ ਲੈ ਕੇ ਗਏ ਰਾਤ ਉਹਨਾਂ ਨੂੰ 11 ਵਜੇ ਅਸੀਂ ਨਿਕਲ ਨਹੀਂ ਦਿੰਦੇ ਆਪਾਂ ਜਾਮ ਲਾਇਆ ਸੀ ਸਾਡੇ ਮਹਾਂਪੁਰਖਾਂ ਨੂੰ ਵੱਡਿਆਂ ਨੂੰ ਕਹਿ ਕੇ ਉਹਨਾਂ ਨੂੰ ਮਹਾਂਪੁਰਖਾਂ ਨੂੰ ਵੀ ਅਸੀਂ ਪਰਚੇ ਕਰਾਂਗੇ ਪਰ ਉਹਨਾਂ ਪਰਚੇ ਪਤਾ ਨਹੀਂ ਕਰਨੇ ਕਿ ਨਹੀਂ ਕਰਨੇ ਬੰਦੇ ਤੇ ਉਹ ਘਰ ਹੀ ਫਿਰਨ ਡਏ ਆ ਜਿਨ੍ਹਾਂ ਨੂੰ ਫੜ ਕੇ ਖੜਿਆ ਹੁਣ ਮੰਗ ਕਿਸ ਤੋਂ ਤੇ ਕੀ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਅਸੀਂ ਤਾਂ ਆਉਂਦੇ ਜੇ ਮੁੱਖ ਮੰਤਰੀ ਆ ਜੇ ਭਗਵੰਤ ਮਾਨ ਮੁੱਖ ਮੰਤਰੀ ਆ ਆਣ ਕੇ ਨਿਆਂ ਕਰਦੇ ਨਹੀਂ ਤੇ ਰੋਡ ਜਾਮ ਆਣ ਕੇ ਨਹੀਂ ਤੇ ਫਿਰ ਰੋਡ ਜਾਮ ਤੇ ਹੋਣਾ ਹੀ ਇੱਕ ਦਿਨ ਫਿਰ ਨਿਆਂ ਕਰਨ ਜਿਹੜਾ ਨਿਆਂ ਜੇ ਅਸੀਂ ਗਲਤ ਵਾਂ ਸਾਨੂੰ ਗਲਤ ਕਹਿਣ ਪਰ ਜਿਹੜਾ ਗਲਤ ਵਾ ਉਹਨੂੰ ਗਲਤ ਕਿਹਾ ਜਾਵੇ ਇਹ ਥੋੜ੍ਹਾ ਹੁਣ ਇਹਨਾਂ ਦੀ ਸਰਕਾਰੀ ਦਰਬਾਰੇ ਉੱਤੇ ਸੈਂਟਰ 'ਚ ਚੱਲਦੀ ਆ ਅਤੇ ਸਾਨੂੰ ਮਾਰਨ ਡੈ ਪਏ ਆਂਗੇ ਇੱਦਾਂ ਤਾਂ ਨਹੀਂ ਹੋਣੀ ਚਾਹੀਦੀ ਹਾਂ ਠੀਕ ਆ ਰਾਧਾ ਸਵਾਮੀ ਧੰਨ ਭਾਗ ਉਹਨਾਂ ਦਾ ਪੜਾਅ ਵਸੇ ਪਰ ਇਹ ਥੋੜ੍ਹਾ ਵੀ ਕਿ ਨਿਗਾਂ ਸਿੰਘਾਂ ਦੇ ਆਣ ਕੇ ਅਟੈਕ ਕਰ ਦਿਓ ਤੁਸੀਂ ਕੀ ਅਸੀਂ ਕੀ ਆਹਨੇ ਕਿਸੇ ਨੂੰ ਦੱਸੋ ਸਾਨੂੰ ਕੀ ਆਹਨੇ ਅਸੀਂ ਆ ਗਾਈਆਂ ਸਾਡੀਆਂ ਵਾ ਇਹ ਇਹਨਾਂ ਦੀਆਂ ਨਹੀਂ ਆ ਉਦਾਂ ਦੇ ਰਾਧਾ ਸਵਾਮੀ ਆ ਅਤੇ ਰਾਧਾ ਸਵਾਮੀ ਵਾਲਿਆਂ ਦੀਆਂ ਗਊਆਂ ਨਹੀਂ ਗੀਆਂ ਰਾਧਾ ਕਿਹਨੂੰ ਆਉਂਦੇ ਗਊ ਨੂੰ ਗਊ ਨੂੰ ਰਾਧਾ ਕਹਿੰਦੇ ਆ ਅਤੇ ਫਿਰ ਗਊਆਂ ਤੋਂ ਆਣ ਕੇ ਗਊਆਂ ਦੇ ਗੋਲੀਆਂ ਮਾਰੀਆਂ ਇਹਨਾਂ ਨੇ ਬਾਬਾ ਜੀ ਉਹ ਵੇਖੋ ਗੋਲੀਆਂ ਡਿੱਗੀਆਂ ਉਹਦੇ ਆ ਕਹੋ ਪਸ਼ੂਆਂ ਦੀਆਂ ਗੋਲੀਆਂ ਵੱਜੀਆਂ ਜਾਂ ਮਰੀਆਂ ਪਈਆਂ ਗਾਈਆਂ ਅੱਡੀਆਂ ਉਹ ਵੇਖੋ ਕਿੰਨੇ ਡੰਗਰ ਮਾਰ ਕੇ ਗਏ ਆ ਡਾਂਗਾ ਮਾਰ ਮਾਰ ਕੇ ਅਤੇ ਉੱਦਾਂ ਗਾਈਆਂ ਮਾਰਤੀਆਂ ਸਾਡੀਆਂ ਇਹਨਾਂ ਨੇ ਜੇ ਅਸੀਂ ਭੱਜ ਗਏ ਤਾਂ ਨਾ ਗਾਈਆਂ ਨੂੰ ਮਾਰਤਾ ਤਾਂ ਦੱਸੋ ਹੁਣ ਤੁਸੀਂ ਨਿਆਂ ਦੇ ਹੁਣ ਨਿਆਂ ਦੇ ਸਾਹਿਬ ਜੀ ਤੁਸੀਂ ਕਰਨਾ ਕਿਉਂਕਿ ਤੁਸੀਂ ਮੀਡੀਆ ਦੇ ਚੜ੍ਹੋਗੇ ਸੱਚ ਸਕੋਗੇ ਤੁਸੀਂ ਸੱਚ 'ਚ ਕਰਿਓ ਐਂ ਅਸੀਂ ਸੱਚ ਕਹਿ ਰਹੇ ਹਾਂ ਸਾਡੇ ਲਾਗੇ ਆਣ ਕੇ ਕੋਈ ਰਾਧਾ ਸਵਾਮੀ ਦਾ ਆਣ ਕੇ ਦੱਸ ਦੇ ਸਾਨੂੰ ਕੋਈ ਵੱਡਾ ਉਹਨਾਂ ਦਾ ਹੈੱਡ ਆਣ ਕੇ ਵੀ ਇੱਦਾਂ ਨਹੀਂ ਹੋਈ ਅਤੇ ਸਿਰ ਲਾ ਕੇ ਰੱਖ ਦਿਆਂਗੇ ਉਹਦੇ ਚਰਨਾਂ 'ਚ ਹੋਰ ਦੱਸ ਕੀ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਟਨਾ ਸਥਲ 'ਤੇ ਮੌਜੂਦ ਹਾਂ ਇੱਥੇ ਮੌਜੂਦ ਜੱਥੇ ਦੇ ਨਿਹੰਗ ਸਿੰਘਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਸਾਰਾ ਕੁਝ ਹੋਇਆ ਇੱਥੇ ਮ੍ਰਿਤਕ ਦੇਹਾਂ ਵੀ ਪਈਆਂ ਨੇ ਗਊਆਂ ਦੀਆਂ ਸੋ ਇੱਥੇ ਮੌਜੂਦ ਹੋਰ ਨਿਹੰਗ ਸਿੰਘਾਂ ਅਤੇ ਜੱਥੇ ਦੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਰਦਾਰ ਜੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਉਹ ਕੀ ਦੱਸਣਾ ਚਾਹੁੰਦੇ ਨੇ ਇਸ ਦੇ ਬਾਰੇ 'ਚ ਜੀ ਪਹਿਲਾਂ ਜੀ ਮੈਂ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕੱਲ੍ਹ ਜਿਹੜੀ ਘਟਨਾ ਵਾਪਰੀ ਆ ਬੜੀ ਦੁਖਦਾਇਤ ਆ ਕਿਉਂਕਿ ਇਹ ਜਿਹੜੀਆਂ ਗਊਆਂ ਦੀ ਸੇਵਾ ਚੱਲ ਰਹੀ ਆ ਇਹ ਗਊਆਂ ਮਹਾਂਪੁਰਖਾਂ ਨੇ ਆਪ ਨਹੀਂ ਪਾਲੀਆਂ ਚਾਹੇ ਕਿਤੋਂ ਲਿਆਂਦੀਆਂ ਨਹੀਂ ਆ ਇਹ ਜਿਹੜੀਆਂ ਅਸੀਂ ਲੋਕ ਦੁੱਧ ਚੋ ਕੇ ਉਹ ਲੋਕ ਡੇਰੇ 'ਚ ਵੀ ਆਉਂਦੇ ਹੋਣਗੇ
जिन्हां ने गऊआं दे रोड़े मारे आ उन्हां दीआं गऊआं वा ते इह तां इहनां नूं चाहीदा दल पंथ नूं नकमस्तक होना चाहीदा सगों उत्थे संजोग करना चाहीदा बल्कि दल पंथ नूं रोड़े नहीं मारने चाहीदे। ये जिहड़ी घटना वापरी आ बहुत दुखदाई आ। मैं इहदे ते दोनों सरकारां नूं इह गल अपील भी करदा और कहना भी चाहुंदा वा कि जिस गऊ दा टैक्स सरकारां खांदियां उस गऊ दी सेवा दल पंथ कर रिहा, ना कोई सरकार फंड दे रही है, संगत दे संजोग नाल दल पंथ चल रहा। बाबा पाला सिंह जी जिहड़े एडी वड्डी हस्ती सी, रब्बी रूह सी, उहदी बदौलत बाबा बिशन सिंह, बाबा कीर्तन सिंह जिहड़े वी दल पंथ दे मुखी होए आ, जिहड़े हुण मौजूदा मुखी आ, सारियां संपर्तावां जिहड़ियां वा इस चीज़ लई इकट्ठिया हो के इस चीज़ ते पहरा देण कि जिहड़े बंदियां ने इह गलती कीती आ उहदी सज़ा उहनां नूं मिलनी चाहीदी आ, क्योंकि सेवा करदिआं दे उत्ते वार करना है किते भी कानून में लिखा नहीं गा। ये ना तो सरकार नू कोई जांच करनी चाहिए, ना पड़ताल करनी चाहिए आ, सीधे डायरैक्टली परचे होने चाहिए आ, क्योंकि सेंटर सरकार हमेशा ये हवाला दे के वोटा मंगती है, मोदी की सरकार, कि असी गऊआ दे रक्षिश आ, अं गऊआ की सेवा करते हैं। अज तुसी सामने देखा वा गर्भवती गऊ आ, उनू जिहड़ा डेरा प्रेमियों वालों डंडा डांगा मार के ट्रैक्टर मार के उन्हें मार दिता गया, तो उहदा परचा जिहड़ा वा सरकार नूं खुद विच खलो के करवाउणा चाहिए। जिहड़े कहिंदे असीं गऊ दी रक्षा करदे आ, अज्ज उह कित्थे लोक आ जिहड़े गऊ दे नां ते वोटां मंगदे आ। मैं इह गल कहूँगा कि बिना जाँच बिना पड़ताल बिना इनकुआरी जिहड़े जिन्ने भी दोषी आ उहनां ते भावें उह 100 बंदा वा भावें उह 1000 बंदा वा उहनां ते परचा होवे कि गांह तों इहो जी घलौणी हरकत कोई कर ना सके, क्योंकि सरकार दा फर्ज बणदा वा, क्योंकि सिंघां नूं वी सट्टां लगियां वा। और जिस तरीके इन्ह ने हल्ला बोलिया वे मुताबिक बहुत सारिया धारा बन दया वा, सरकार इस चीज़ में पुलिस प्रशासन इस चीज़ में जानता वा, किसी के घर आन के पैन की धारा वा, क्योंकि इन्हों के डेरे में पे इतने गऊँ चार रहे थे, उन्हों का डेरा रोड तो पा रहा, और ये एक इन्होंने चढ़ोखती की। दूसरे नंबर पर जिहड़ी गऊ नूं मारिया गया वा उहदा भी परचा दर्ज होना चाहिए नाल दी नाल, क्योंकि तुसीं उह गऊ का शूट लिया होया वा, क्योंकि वह गर्भवती गऊ सी, क्योंकि इहदी तां सज़ा बहुत वड्डी बननी चाहीदी आ कि एडा वड्डा जिहड़ा घलौणा इन्हां ने अधिकार किया अपराध किया डेरे वाले ने जी। सो किन्नियां गऊ हुण तक मृतक पाइया गई ने इस तों बाद? गिनती नहीं बहुत ज्यादा 10,000 तो लग हो गई। नहीं कल की घटना तो बाद किनिया मरिया? कल तो हो गई 50-60 जिहड़ियां मर गई इदा ही, इन्हें मारते हैं बहुत चौके लै भी गए विचों, क्योंकि तुसी देख के जो पिछे गुरुद्वारा साहब दे विच उत्थे जिहड़ियां गऊं जख्मी आ उन्होंने सिंघां ने इत्थों रेड़े ते लद के जिदा भी साधन दे उत्ते उत्ते जाके खड़ के उन्हों अज भी उन्हां दी, क्योंकि ये जिहड़ी गऊ की सेवा वा ना ये बहुत वड्डी सेवा वा। पर अज जिहड़ी गऊ नूं गऊ दे नां ते पैसा इकट्ठा किया जाता, जिहड़ी गऊ दे नां ते सरकारां बनाईआं जांदियां, वह गऊ की सांभ संभाल करन वाले नूं कुट पै रही है। मैं इत्थों कहिंदा कि सरकार की बहुत वड्डी नलैकी आ, क्योंकि दल पंथ सेवा कर रहा वा, दल पंथ के ना धक्का नहीं कर रहा। जे अज ये गऊं दल पंथ लवारस कर देना तो लोगों तो डेरे वाले जेडे कहिंदे जी साडा नुकसान कर दे, इन्हां नूं मंजे डाह के सौना पिया के अपने खेतों के जिमीदारां नूं मंजे, क्योंकि उत्थे जिमीदार भी आए होणगे, उत्थे वो लोग भी आए होणगे जिन्हां ने गऊं का दुध पी के तो गऊं छड्डियां होईयां वा। पर ये बाबा पाला सिंह की बहुत वड्डी सेवा वा जिहड़ियां इन्नियां 10-20 हज़ार के लागे गां आ लवारस जिन्हों सांभ संभाल कर रहे हैं, तो आज जिन्ने जिहड़े पिंडां तों आए नौजवान आ ये भावना लैके शरदा लैके सेवा करन आउंदे आ, ये कोई तनखाई नहीं गे, पर ये सरकार नूं इस मसले ते गंभीरता नाल लैके ते जिहड़े जिहड़े कसूरवार आ उहनां ते तुरंत परचे कट के ते उहनां नूं सज़ा होनी चाहीदी आ, फिर इंसाफ मन्नांगे कि मुल्क जिहड़ा इंसाफ प्रस्ती आ, नहीं तो फिर ये गल हो जूगी तानाशाही राज डेरावाद वालों का भी आ ते सरकारां दा भी आ, ते पुलिस प्रशासन भी अपनी चुप्पी धार के बैठा वा। जिहड़ा बंदा पावर च हुंदा वा उहदी गल कीती जांदी आ, लॉ एंड आर्डर नूं मेनटेन नहीं कीता जांदा, जिहड़ा कायदे कानून आ उहदे विच हिंदुस्तान दी कोई नां नहीं हैगा। जे इंसाफ नहीं मिलता तो समझ लो कि तानाशाही राज आ, किंग जॉन वाला राज आ, फिर सानू बोर्ड अधिकार का जिहड़ा मसला वो खत्म कर देना चाहिए, फिर जिहदे कोल पावर वो राज करूगा। मैं नाल दी नाल ये सवाल करदा एक एज ए सिख होण दे नाते भी जिहड़ा डेरे का मुखी आ उहनू इस चीज़ बारे कोई चानण नहीं होगा? मैं ये गल कहिंदा कि डेरे के मुखी के उत्ते भी एक परचा दर्ज होना चाहिए वा कि उहदे कहण तो बगैर उहदे डेरे के समर्थक आण के पै किदां गए, कि इहदा मतलब कि डेरे तो रणनीति घटी गई। इहदी जांच भी होनी चाहिए है कि ये जिहड़ी प्लैनिंग आ गऊआं दे उत्ते हमला करन दी ये किदां घटी गई, तो इहदे पिछे जिहड़ा डेरा मुखी का भी रोल हैगा वा, क्योंकि जिहड़ा वेखो एक
ਤੁਹਾਡਾ ਲਾਂਘੇ ਦਾ ਕੋਈ ਹੋ ਸਕਦਾ ਉਹਦੇ ਤੇ ਤੁਸੀਂ ਬਹਿ ਕੇ ਕਰ ਸਕਦੇ ਜੋ, ਪਰ ਇੱਕ ਜਿਹੜਾ ਬਿਨਾਂ ਦੱਸੇ ਕਿਸੇ ਦੇ ਉੱਤੇ ਹਮਲਾ ਕਰ ਦੇਣਾ, ਸੇਵਾਦਾਰਾਂ ਦੇ ਉੱਤੇ ਹਮਲਾ ਕਰ ਦੇਣਾ, ਜਿਹੜੇ ਬਜ਼ੁਰਗਾਂ ਤੇ ਉਹ ਬਜ਼ੁਰਗ ਬੰਦੇ ਸੀ, ਸੇਵਾਦਾਰ ਸੀ, ਉਹ ਲੜਨ ਵਾਲੇ ਨਹੀਂ ਸੀ ਜਿਨ੍ਹਾਂ ਤੇ ਇਹਨਾਂ ਨੇ ਹਮਲਾ ਕੀਤਾ। ਮੈਂ ਨਾਲ ਦੀ ਨਾਲ ਇਹਦੇ ਵਿੱਚ ਡੇਰੇ ਦੇ ਮੁਖੀ ਤੋਂ ਜਿਹੜਾ ਇਸ ਟਾਈਮ ਤੇ ਮੌਜੂਦਾ ਮੁਖੀ ਆ ਉਹਦੇ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ ਕਿ ਇਹ ਤੁਹਾਡੀ ਦੇਖ ਰੇਖ ਹੇਠ ਹੋਇਆ, ਤੁਹਾਡੇ ਕਹਿਣ ਦੇ ਮੁਤਾਬਕ ਹੋਇਆ, ਇਹਦੀ ਜਾਂਚ ਪੜਤਾਲ ਸਰਕਾਰ ਨੂੰ ਕਰਨੀ ਚਾਹੀਦੀ ਹੈ। ਪੰਜਾਬ ਦੀ ਸਰਕਾਰ ਵੀ ਸਰਕਾਰ ਕਰੇ ਅਤੇ ਹਿੰਦੁਸਤਾਨ ਦੀ ਜਿਹੜੀ ਸੈਂਟਰ 'ਚ ਮੋਦੀ ਸਾਹਿਬ ਦੀ ਸਰਕਾਰ ਬਣੀ ਆ ਉਹ ਵੀ ਕਰੇ, ਕਿਉਂਕਿ ਇਹ ਗਊ ਅਤੇ ਗਰੀਬ ਦਾ ਮਸਲਾ ਵਾ। ਸੋ ਬਾਬਾ ਪਾਲਾ ਸਿੰਘ ਗਊਆਂ ਵਾਲੇ ਉਹਨਾਂ ਦੇ ਜੱਥੇ ਦੇ ਬਿਆਨ ਲਏ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੱਲ੍ਹ ਜੋ ਘਟਨਾਕ੍ਰਮ ਵਾਪਰਿਆ ਪੂਰੇ ਪੰਜਾਬ ਦੇ ਵਿੱਚ, ਇਸ ਤੋਂ ਬਾਅਦ ਇੱਕ ਚਿੰਤਾ ਵਾਲਾ ਮਾਹੌਲ ਪੈਦਾ ਹੋ ਗਿਆ ਸੀ, ਉਸ ਨੂੰ ਲੈ ਕੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੇ ਆਪਣਾ ਪੱਖ ਰੱਖਿਆ, ਕਈ ਤਰ੍ਹਾਂ ਦੇ ਇਲਜ਼ਾਮ ਡੇਰੇ ਦੇ ਉੱਪਰ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਲਗਾਏ ਨੇ। ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਵੀ ਨਹੀਂ ਮਿਲ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਿੱਜੀ ਸੰਪੱਤੀ ਨੂੰ, ਡੇਰਾ ਸਾਹਿਬ ਦੀ ਸੰਪੱਤੀ ਨੂੰ ਨੁਕਸਾਨ ਪਹੁੰਚਿਆ, ਗੁਰਦੁਆਰਾ ਸਾਹਿਬ ਦੀ ਸੰਪੱਤੀ ਨੂੰ ਨੁਕਸਾਨ ਵੀ ਪਹੁੰਚਿਆ ਅਤੇ ਹੋਰ ਜੋ ਗਊਆਂ ਉਹਨਾਂ ਦੇ ਵੱਲੋਂ ਚਰਾਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਕਈਆਂ ਨੂੰ ਮਾਰ ਦਿੱਤਾ ਗਿਆ, ਇਹ ਉਹਨਾਂ ਦਾ ਕਹਿਣਾ, ਅਤੇ ਇੱਥੇ ਕੁਝ ਮ੍ਰਿਤਕ ਦੇਹਾਂ ਵੀ ਗਊਆਂ ਦੀਆਂ ਪਈਆਂ ਹੋਈਆਂ ਨੇ। ਸੋ ਇਹ ਸੀ ਇੱਥੋਂ ਦੀ ਐਕਸਕਲੂਸਿਵ ਰਿਪੋਰਟ। ਵਧੇਰੇ ਖਬਰਾਂ ਲਈ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਬਹੁਤ ਬਹੁਤ ਧੰਨਵਾਦ।